ਸਿੱਖਿਆ ਜਿਹੜੀ ਆ ਉਹ ਕਿਸੇ ਵੀ ਸਮਾਜ ਦੇ ਵਿਕਾਸ ਦਾ ਆਧਾਰ ਹੁੰਦੀ ਆ ਤੇ ਸਰਕਾਰ ਦਾ ਇੱਕ ਬੁਨਿਆਦੀ ਵਿਸ਼ਾ ਇਹੀ ਹੁੰਦਾ ਕਿ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਉਠਾਵੇ। ਪਰ ਜਦੋਂ ਅਸੀਂ ਆਪਣੇ ਸਮਾਜ ਦੇ ਵਿੱਚ ਦੇਖਦੇ ਹਾਂ ਤੇ ਵਿੱਦਿਆ ਪ੍ਰਤੀ ਜਿਹੜੀ ਸਰਕਾਰ ਦਾ ਰਵੱਈਆ ਬੜਾ ਨੈਗੇਟਿਵ ਨਜ਼ਰ ਆ ਰਿਹਾ ਹੈਗਾ। ਹੇਠਲੇ ਪੱਧਰ ਤੋਂ ਲੈ ਕੇ ਉੱਚ ਸਿੱਖਿਆ ਦੀ ਗੱਲ ਕਰੀਏ ਤੇ ਹਰ ਥਾਂ ਤੇ ਹੀ ਜਿਹੜੀ ਸਰਕਾਰ ਹੈ ਉਹ ਆਪਣਾ ਨੈਗੇਟਿਵ ਜਿਹੜਾ ਰਵੱਈਆ ਸਾਡੇ ਸਾਹਮਣੇ ਪੇਸ਼ ਕਰ ਰਹੀ ਆ। ਜਦੋਂ ਮੈਂ ਉੱਚ ਸਿੱਖਿਆ ਦੀ ਗੱਲ ਕਰਦੀ ਹਾਂ ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦੀ ਜੇ ਗੱਲ ਲਈਏ ਤਾਂ ਸਰਕਾਰੀ ਕਾਲਜਾਂ ਦੇ ਵਿੱਚ 27 ਸਾਲ ਹੋ ਗਏ ਨੇ ਜਿਹੜੀਆਂ ਵੈਕੈਂਸੀਆਂ ਨੇ ਉਹ ਭਰੀਆਂ ਨਹੀਂ ਜਾ ਰਹੀਆਂ, ਕਾਲਜ ਖਾਲੀ ਹੋ ਰਹੇ ਹੈਗੇ ਨੇ ਤੇ ਜਿਹੜੇ ਉੱਥੇ ਵੀ ਟੀਚਰ ਰੱਖੇ ਹੋਏ ਨੇ ਉਹਨਾਂ ਨੂੰ ਘੱਟ ਪੈਸਿਆਂ ਤੇ ਜਿਹੜੀ ਹੈ ਤਨਖਾਹ ਦਿੱਤੀ ਜਾਂਦੀ ਆ। ਤੇ ਸਾਡੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਿਨ੍ਹਾਂ ਨੇ ਹਾਇਰ ਐਜੂਕੇਸ਼ਨ ਪ੍ਰਾਪਤ ਕੀਤੀ ਹੋਈ ਹੈ, ਜਿਨ੍ਹਾਂ ਨੇ ਨੈੱਟ ਵੀ ਪਾਸ ਕੀਤਾ ਹੋਇਆ, PhD ਦੀਆਂ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹੋਈਆਂ ਨੇ, ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀ। ਬੜੇ ਸਮੇਂ ਤੋਂ ਹੀ ਸਰਕਾਰ ਉੱਪਰ ਇਹ ਦਬਾਅ ਪਾ ਰਹੇ ਸੀ ਕਿ ਸਾਡੀਆਂ ਜਿਹੜੀਆਂ ਵੈਕੈਂਸੀਆਂ ਨੇ ਕਾਲਜਾਂ ਦੇ ਵਿੱਚ ਖੋਲੀਆਂ ਜਾਣ, ਤੇ ਉਹਨਾਂ ਦੇ ਦਬਾਅ ਦੇ ਕਾਰਨ ਜੇ ਸਰਕਾਰ ਨੇ 1158 ਪੋਸਟਾਂ ਕੱਢੀਆਂ ਵੀ ਤਾਂ ਉਸ ਦਾ ਅਸੀਂ ਸਭ ਸਾਡੇ ਸਾਰੇ ਸਾਹਮਣੇ ਹੀ ਆਇਆ ਹੈਗਾ ਆ ਕਿ ਉਸ ਦੇ ਉੱਪਰ ਵੀ ਜਿਹੜਾ ਹੈ ਕੱਢ ਤਾਂ ਦਿੱਤੀਆਂ ਇੱਕ ਵਿਖਾਵਾ ਕਰਨ ਦੇ ਲਈ, ਹਾਂ ਵੀ ਅਸੀਂ ਹਾਇਰ ਐਜੂਕੇਸ਼ਨ ਦੇ ਬਾਰੇ ਵਿੱਚ ਸੋਚ ਰਹੇ ਹਾਂ, ਪਰ ਸਾਡੇ ਸਾਹਮਣੇ ਕੀ ਆ ਰਿਹਾ ਕਿ ਉਹਨਾਂ ਦੇ ਉੱਪਰ ਵੀ ਰੀਟਾਂ ਪੈ ਗਈਆਂ ਤੇ ਉਹਨਾਂ ਦੀ ਜਿਹੜੀ ਵੈਕੈਂਸੀਆਂ ਦੀ ਭਰਤੀ ਸੀ ਉਹ ਬੰਦ ਕਰ ਦਿੱਤੀ ਗਈ। ਇੱਕ ਸਾਡੇ ਵਿਦਿਆਰਥੀ ਨੇ ਜਿਨ੍ਹਾਂ ਦੇ ਸੁਪਨੇ ਸੀਗੇ ਕਿ ਅਸੀਂ ਕਾਲਜਾਂ ਦੇ ਵਿੱਚ ਸੈੱਟ ਹੋਵਾਂਗੇ, ਉਹਨਾਂ ਦੇ ਸੁਪਨੇ ਸਾਰੇ ਮਿੱਟੀ ਵਿੱਚ ਮਿਲਾ ਦਿੱਤੇ ਗਏ। ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਆਪਣੇ ਉਸੇ ਹੀ ਮਸਲੇ ਤੇ ਕਿ ਹਾਇਰ ਐਜੂਕੇਸ਼ਨ ਨੂੰ ਅਸੀਂ ਨੀਵੇਂ ਪੱਧਰ ਵੱਲ ਲੈ ਕੇ ਜਾਣਾ ਉਹਦੇ ਉੱਪਰ ਹੀ ਕੇਂਦਰਿਤ ਹੈਗੀ। ਉਸ ਤੋਂ ਬਾਅਦ ਹੁਣ ਜਿਹੜਾ ਹੈ ਕੋਡ ਆਫ ਕੰਡਕਟ ਜਦੋਂ ਦਾ ਲੱਗ ਗਿਆ ਹੈਗਾ ਤਾਂ ਇਹ ਕਹਿ ਕੇ ਕਿ ਹੁਣ ਇਹ ਮਸਲਾ ਦੱਬ ਦਿੱਤਾ ਗਿਆ ਹੈਗਾ ਆ। ਜੇ ਅਸੀਂ ਵੇਖੀਏ ਤੇ ਆਉਣ ਵਾਲੀ ਸਰਕਾਰ ਹੁਣ ਆਪਣੇ ਤੌਰ ਤੇ ਲਵੇਗੀ ਜਾਂ ਕਿਸ ਤਰ੍ਹਾਂ ਹੋਵੇਗੀ, ਪਰ ਸਾਡੇ ਵਿਦਿਆਰਥੀਆਂ ਦਾ, ਸਾਡੇ ਜਿਹੜੇ ਆਉਣ ਵਾਲੇ ਪ੍ਰੋਫੈਸਰ ਨੇ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਖਤਰੇ ਦੇ ਵਿੱਚ ਹੈ। ਅਸੀਂ ਇਹ ਅਪੀਲ ਕਰਦੇ ਹੈਗੇ ਆ ਕਿ ਜਿਹੜਾ ਉਮੀਦਵਾਰ ਵੋਟਾਂ ਦੇ ਵਿੱਚ ਖੜੇ ਨੇ ਵੱਖੋ ਵੱਖਰੀਆਂ ਪਾਰਟੀਆਂ ਦੇ, ਕਿ ਉਹਨਾਂ ਉਹ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਮਸਲਾ ਉਭਾਰਨ ਕਿ ਅਸੀਂ ਹਾਇਰ ਐਜੂਕੇਸ਼ਨ ਉਹ ਜੀਵੰਤ ਰੱਖਣਾ ਹੈਗਾ, ਅਸੀਂ ਹਾਇਰ ਐਜੂਕੇਸ਼ਨ ਦਾ ਜਿਹੜਾ ਬੁਰਾ ਹਾਲ ਹੈ ਹੋਇਆ ਉਸ ਨੂੰ ਉਹਦੇ ਵਿੱਚ ਅਸੀਂ ਸੁਧਾਰ ਕਰਨਾ ਤੇ ਸਰਕਾਰੀ ਕਾਲਜ ਵੱਧ ਤੋਂ ਵੱਧ ਖੋਲ੍ਹਣੇ ਨੇ ਤੇ ਜਿਹੜੀਆਂ ਸਰਕਾਰੀ ਕਾਲਜਾਂ ਦੇ ਵਿੱਚ ਖਾਲੀ ਵੈਕੈਂਸੀਆਂ ਪਈਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਫਿਲ ਕਰਾਂਗੇ। ਕਿਉਂਕਿ ਜੇਕਰ ਅਸੀਂ ਹਾਇਰ ਐਜੂਕੇਸ਼ਨ ਬਾਰੇ ਹੀ ਨਹੀਂ ਸੋਚ ਸਕਦੇ, ਜੇ ਅਸੀਂ ਉਹਦੇ ਬਾਰੇ ਹੀ ਕੁਝ ਨਹੀਂ ਕਵਾਂਗੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਸਾਡਾ ਸਮਾਜ ਦਾ ਵਿਕਾਸ ਹੈਗਾ ਉਹ ਅਧੂਰਾ ਰਹਿ ਜਾਵੇਗਾ। ਕਿਉਂਕਿ ਐਜੂਕੇਸ਼ਨ ਹੀ ਜਿਹੜੀ ਉਹ ਰਸਤਾ ਜਿਹੜੀ ਇਹ ਸਮਾਜ ਦੇ ਵਾਸਤੇ ਇੱਕ ਰਾਹ ਜਿਹੜਾ ਹੈਗਾ ਉਹ ਬੁਲੰਦ ਕਰਦੀ ਆ, ਪਰ ਇਹੋ ਜਿਹਾ ਖਿਲਵਾੜ ਜਿਹੜਾ ਸਾਡੇ ਨਾਲ ਸਰਕਾਰਾਂ ਕਰ ਰਹੀਆਂ ਹੈਗੀਆਂ ਨੇ ਉਹ ਬਹੁਤ ਹੀ ਘਾਤਕ ਹੈਗੀ ਹੈ। ਅਤੇ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਇਸ ਮਸਲੇ ਦੇ ਵਾਸਤੇ ਲੜ ਰਹੇ ਨੇ ਉਹਨਾਂ ਦੇ ਵੱਲੋਂ ਵੀ ਇਹ ਇੱਕ ਅਪੀਲ ਕੀਤੀ ਜਾਂਦੀ ਹੈ ਅਤੇ ਸਾਡੇ ਸਾਰਿਆਂ ਵੱਲੋਂ ਵੀ, ਚਾਹੇ ਅਸੀਂ ਕਾਲਜ 'ਚ ਪੜ੍ਹਾਉਂਦੇ ਹਾਂ ਚਾਹੇ ਅਸੀਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹਾਂ, ਇਹੀ ਅਪੀਲ ਹੈ ਕਿ ਮਸਲੇ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ, ਵੱਧ ਤੋਂ ਵੱਧ ਸਰਕਾਰੀ ਕਾਲਜ ਜਿਹੜੇ ਨੇ ਖੋਲ੍ਹੇ ਜਾਣ ਅਤੇ ਸਰਕਾਰੀ ਕਾਲਜਾਂ ਦੇ ਵਿੱਚ ਪਈਆਂ ਹੋਈਆਂ ਖਾਲੀ ਵੈਕੈਂਸੀਆਂ ਜਿਹੜੀਆਂ ਨੇ ਉਹ ਫਿਲ ਕੀਤੀਆਂ ਜਾਣ। ਇਹਦੇ ਵਿੱਚ ਇੱਕ ਹੋਰ ਵੀ ਮਸਲਾ ਆਉਂਦਾ ਹੈਗਾ ਕਿ ਸਿੱਖਿਆ ਦਾ ਵਪਾਰੀਕਰਨ, ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਆਮ ਤੌਰ 'ਤੇ ਸਧਾਰਨ ਘਰਾਂ ਦੇ ਪੜ੍ਹਦੇ ਨੇ, ਉਹਨਾਂ ਦੇ ਵਿੱਚ ਫੀਸਾਂ ਵੀ ਘੱਟ ਹੁੰਦੀਆਂ ਨੇ ਅਤੇ ਸਰਕਾਰ ਦਾ ਮੁੱਖ ਮਕਸਦ ਜਿਹੜਾ ਹੈਗਾ ਸਰਕਾਰੀ ਕਾਲਜਾਂ ਨੂੰ ਬੰਦ ਕਰਨਾ। ਅਸੀਂ ਇਹ ਕਿਸੇ ਹਰ ਹਾਲਤ ਦੇ ਵਿੱਚ ਨਹੀਂ ਹੋਣ ਦੇਵਾਂਗੇ। ਜੇਕਰ ਸਰਕਾਰ ਦੀ ਇਹ ਮਾੜੀ ਨੀਤੀ ਹੋਈ ਤਾਂ ਅਸੀਂ ਸੜਕਾਂ 'ਤੇ ਉਤਰਾਂਗੇ, ਸਿਰਫ ਸਾਡੇ ਅਧਿਆਪਕ ਹੀ ਨਹੀਂ ਉਹਨਾਂ ਦੇ ਨਾਲ ਸਾਡੀ ਆਮ ਜਨਤਾ ਜਿਹੜੇ ਨੇ, ਆਮ ਲੋਕ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੋਵਾਂਗੇ।